ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਕੱਲੇ ਅਜਿਹੇ ਲੀਡਰ ਨੇ ਜੋ ਕਿ ਬਿਆਨ ਦਿੱਤੇ ਬਿਨਾਂ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਸਕਦੇ ਨੇ। ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਪੋਸਟਰ ਕੀ ਲੱਗੇ, ਇਸ ਨੂੰ ਲੈ ਕੇ ਪੰਜਾਬ ਦੇ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਲੀਡਰ ਨੂੰ ਵੀ ਆਪੋ ਆਪਣੇ ਬਿਆਨ ਦੇਣੇ ਪੈ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ਇਹਨਾਂ ਪੋਸਟਰਾਂ ਬਾਰੇ ਪੁੱਛਿਆ ਗਿਆ ਤਾਂ ਕੈਪਟਨ ਦਾ ਕਹਿਣਾ ਹੈ ਕਿ ਇਸ ਦਾ ਜਵਾਬ ਮੈਂ ਨਹੀਂ ਦਿਆਂਗਾ, ਇਸ ਦੀ ਸਫਾਈ ਖੁਦ ਸਿੱਧੂ ਨੂੰ ਦੇਣੀ ਚਾਹੀਦੀ ਹੈ। ਅਪ ਟੂ ਨਵਜੋਤ ਸਿੱਧੂ ਐਕਸਪਲੇਨ ਕਰੇ, ਮੈਂ ਉਸ ਦੇ ਬਾਰੇ ਮੈਂ ਕੁਝ ਨਹੀਂ ਬੋਲਣਾ ਚਾਹ ਰਹਾ ਹੂੰ। ਜੋ ਉਸ ਨੇ ਮੁਝੇ ਕਹਾ ਥਾ ਪਰਮਿਸ਼ਨ ਚਾਹੀਏ ਪਾਕਿਸਤਾਨ ਜਾਣੇ ਕੋ, ਮੈਨੇ ਫਾਰਵਰਡ ਕਰ ਦੀ ਦਿੱਲੀ ਐਕਸਟਰਨਲ ਅਫੇਅਰਸ ਮਿਨਿਸਟਰੀ ਕੋ, ਅਬ ਉਨਕੀ ਮਰਜ਼ੀ ਹੈ ਉਹ ਦੇ ਨਾ ਦੇ। ਦੂਜੇ ਪਾਸੇ ਜਦੋਂ ਕਾਂਗਰਸ ਪਾਰਟੀ ਤੋਂ ਬੁਲਾਰੇ ਡਾਕਟਰ ਰਾਜ ਕੁਮਾਰ ਵੇਰਕਾ ਤੋਂ ਇਹਨਾਂ ਪੋਸਟਰਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੂੰ ਇਸ ਦਾ ਕੋਈ ਢੁਕਵਾਂ ਜਵਾਬ ਨਹੀਂ ਸੁੱਝਿਆ। ਕਹਿੰਦੇ ਨੇ ਕਿ ਭਿੰਡਰਾਂਵਾਲੇ ਦੇ ਪੋਸਟਰ ਤਾਂ ਸਿੱਧੂ ਨੇ ਨਹੀਂ ਲਵਾ ਦਿੱਤੇ, ਪਰ ਫਿਰ ਵੀ ਇਮਰਾਨ ਖਾਨ ਦੇ ਵੀ ਲੱਗੇ ਨੇ, ਉਸ ਤੇ ਵੀ ਕਾਂਗਰਸ ਪਾਰਟੀ ਨੂੰ ਇਤਰਾਜ਼ ਜ਼ਰੂਰ ਹੈ। ਸਿੰਪਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਭਿੰਡਰਾਂਵਾਲੇ ਦੇ ਪੋਸਟਰ ਨਹੀਂ ਲਗਵਾਏ, ਨਵਜੋਤ ਸਿੰਘ ਸਿੱਧੂ ਨੇ ਕੋਈ ਆਤੰਕਵਾਦੀਆਂ ਕੇ ਪੋਸਟਰ ਨਹੀਂ ਲਗਵਾਏ, ਇਮਰਾਨ ਖਾਨ ਕੇ ਉਨਕੇ ਕਿਸੀ ਸਮਰਥਕ ਨੇ ਉਨਕੇ ਕਿਸੀ ਸਮਰਥਕ ਨੇ ਇਮਰਾਨ ਖਾਨ ਕੇ ਸਾਥ ਪੋਸਟਰ ਲਗਾ ਕਰਕੇ ਨਵਜੋਤ ਸਿੰਘ ਸਿੱਧੂ ਕੋ ਜੋ ਹੈ ਵੋ ਲਾਂਘਾ ਖੁਲਵਾਣੇ ਕਾ ਹੀਰੋ ਬਤਾਇਆ ਹੈ। ਔਰ ਕਾਂਗਰਸ ਪਾਰਟੀ ਕੋ ਇਸ ਪੇ ਕੋਈ ਇਤਰਾਜ਼ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਕੋ ਕੋਈ ਆਦਮੀ ਹੀਰੋ ਬਤਾਏ, ਹਮੇ ਇਤਰਾਜ਼ ਨਹੀਂ। ਹਮੇ ਇਤਰਾਜ਼ ਹੈ ਯੇ ਇਮਰਾਨ ਖਾਨ ਕੀ ਫੋਟੋ ਕਾ, ਹਮੇ ਇਤਰਾਜ਼ ਹੈ ਜੋ ਆਤੰਕਵਾਦੀ ਗਤੀਵਿਧੀਆਂ ਹੋ ਰਹੀ ਹੈ ਵੋ ਉਨਕਾ ਹਮੇ ਇਤਰਾਜ਼ ਹੈ। ਜਦੋਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਗੱਲ ਤੇ ਕੋਈ ਠੋਸ ਜਵਾਬ ਨਹੀਂ ਦਿੱਤਾ। ਕਹਿੰਦੇ ਨੇ ਕਿ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਕਿ ਸਾਹਮਣੇ ਆ ਰਹੀਆਂ ਨੇ, ਸੋਸ਼ਲ ਮੀਡੀਆ ਤੇ ਵੀ ਅੱਜ ਕੱਲ ਅਜਿਹਾ ਹੀ ਹਾਲ ਹੈ। ਦੇਖੋ ਸਾਰੇ ਸੋਸ਼ਲ ਮੀਡੀਆ ਪੇ ਵੀ ਵੋ ਚੱਲ ਰਹਾ ਹੈ, ਤੋ ਹੋਰਡਿੰਗਸ ਕਾ ਮੇ ਬੀ ਉਨਕੇ ਮਨ ਮੇ ਆਇਆ ਹੋ ਸ਼ਹਿਰ ਮੇ ਕਿ ਤੁਮ ਬਿਨਾ ਪਰਮਿਸ਼ਨ ਕੇ ਦੂਸਰੇ ਕੰਟਰੀ ਕੇ ਪ੍ਰਾਈਮ ਮਿਨਿਸਟਰ ਕੇ ਲਗਾ ਰਹੇ ਹੋ, ਤੋ ਸ਼ਾਇਦ ਇਸ ਸੇ ਕੋਈ ਪ੍ਰੋਬਲਮ ਨਾ ਹੋ ਜਾਏ। ਸੋ ਕੋਈ ਫਰਕ ਨਹੀਂ ਪੜਤਾ, ਕੋਈ ਇਨਸਾਨ ਅੱਜ ਕਰਤਾਰਪੁਰ ਲਾਂਘੇ ਕੇ ਲੀਏ ਸਾਰੀ ਦੁਨੀਆ ਸੋਸ਼ਲ ਮੀਡੀਆ ਪੇ ਆਪ ਦੇਖੋ, ਆਪਣੇ ਆਪਣੇ ਦਿਲ ਕੀ ਹਰ ਬੰਦੇ ਕੀ ਭਾਵਨਾ ਹੈ, ਤੁਮ ਕਿਸੀ ਕੀ ਭਾਵਨਾ ਕੋ ਤੋੜ ਨਹੀਂ ਸਕਤੇ। ਇਸ ਸਭ ਦੇ ਵਿੱਚ ਉਸ ਵਿਅਕਤੀ ਦੀ ਰਾਏ ਲੈਣਾ ਵੀ ਬਹੁਤ ਜ਼ਰੂਰੀ ਸੀ ਜਿਸ ਨੇ ਇਹ ਪੋਸਟਰ ਲਗਵਾਏ ਸਨ, ਮਾਸਟਰ ਹਰਪਾਲ ਸਿੰਘ ਵੇਰਕਾ। ਜਦੋਂ ਉਹਨਾਂ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਤੁਸੀਂ ਇਹ ਪੋਸਟਰ ਲਾਏ ਕਿਉਂ ਨੇ, ਉਹ ਕਹਿੰਦੇ ਨੇ ਕਿ ਅਸਲੀ ਹੀਰੋ ਇਹ ਦੋਵੇਂ ਹੀ ਨੇ, ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ, ਇਸੇ ਕਰਕੇ ਹੀ ਪੋਸਟਰ ਲਾਏ ਨੇ। ਉਹ ਜਿਹੜੇ ਕੱਲ ਬੋਰਡ ਲਾਏ ਸੀ ਉਹ ਅਸੀਂ ਸਿੱਧੂ ਸਾਹਿਬ ਤੇ ਇਮਰਾਨ ਖਾਨ ਦੇ ਲਾਏ ਸੀ, ਕਿਉਂਕਿ ਜਿਹੜਾ ਲਾਂਘਾ ਖੁੱਲ੍ਹਣ ਜਾ ਰਿਹਾ ਵਾ ਉਹਦੇ ਸੰਬੰਧ 'ਚ ਅਸੀਂ ਲਾਇਆ, ਕਿਉਂਕਿ ਇਹ ਲਾਂਘਾ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਕਰਕੇ ਜਿਹੜਾ ਲਾਂਘੇ ਦੀ ਸ਼ੁਰੂਆਤ ਹੋਈ ਆ, ਇਸ ਕਰਕੇ ਅਸੀਂ ਲਾਇਆ ਸੀ, ਕਿਉਂਕਿ ਜਿਹੜੇ ਅਸਲ ਹੀਰੋ ਆ ਸਰਦਾਰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ। ਦਰਅਸਲ ਅੰਮ੍ਰਿਤਸਰ ਦੇ ਵਿੱਚ ਮਾਸਟਰ ਹਰਪਾਲ ਸਿੰਘ ਵੇਰਕਾ ਜਿਨ੍ਹਾਂ ਦਾ ਬਿਆਨ ਅਸੀਂ ਤੁਹਾਨੂੰ ਹੁਣੇ ਸੁਣਾ ਕੇ ਹਟੇ ਹਾਂ, ਇਹਨਾਂ ਨੇ ਪੋਸਟਰ ਲਗਵਾਏ ਨੇ ਜਿਸ ਦੇ ਵਿੱਚ ਇਮਰਾਨ ਖਾਨ ਦੀ ਫੋਟੋ ਹੈ ਵੱਡੀ ਸਾਰੀ, ਅਤੇ ਨਾਲ ਨੇ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਇਹਨਾਂ ਦੋਹਾਂ ਨੂੰ ਅਸਲੀ ਹੀਰੋ ਦੱਸਿਆ ਗਿਆ ਹੈ, ਅਤੇ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਪੰਜਾਬੀ ਹਿੱਟ ਹੋ ਕੇ ਕਹਿੰਦੇ ਹਾਂ ਕਿ ਇਹਨਾਂ ਦੋਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ, ਅਸਲੀ ਹੀਰੋ ਇਹੀ ਨੇ, ਸਾਰਾ ਸਿਰਾ ਇਹਨਾਂ ਨੂੰ ਜਾਂਦਾ, ਅਜਿਹਾ ਕਹਿਣ ਦੀ ਕੋਸ਼ਿਸ਼ ਇਹਨਾਂ ਪੋਸਟਰਾਂ ਦੇ ਵਿੱਚ ਕੀਤੀ ਗਈ ਸੀ। ਉਸ ਤੋਂ ਬਾਅਦ ਇਹਨਾਂ ਪੋਸਟਰਾਂ ਨੂੰ ਰਾਤ ਤੱਕ ਲਾ ਦਿੱਤਾ ਗਿਆ, ਸਵੇਰੇ ਲਾਏ ਗਏ, ਰਾਤ ਤੱਕ ਲਾ ਦਿੱਤਾ ਗਿਆ। ਪੰਜਾਬ ਦੀ ਸਿਆਸਤ ਭੱਜ ਗਈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਪੋਸਟਰ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿਵੇਂ ਲੱਗ ਸਕਦੇ ਨੇ। ਵਿਰੋਧੀ ਪਾਰਟੀਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਕਹਿਣਾ ਸੀ, ਨਾਲ ਦੀ ਨਾਲ ਕਾਂਗਰਸ ਪਾਰਟੀ ਨੂੰ ਵੀ ਇਸ ਦਾ ਕੋਈ ਵੀ ਜਵਾਬ ਨਹੀਂ ਸੁੱਝਿਆ। ਡਾਕਟਰ ਰਾਜ ਕੁਮਾਰ ਵੇਰਕਾ ਨੇ ਇਹ ਕਿਹਾ ਕਿ ਭਿੰਡਰਾਂਵਾਲੇ ਦੇ ਪੋਸਟਰ ਤਾਂ ਨਹੀਂ ਲਾਏ, ਅੱਤਵਾਦੀਆਂ ਦੇ ਪੋਸਟਰ ਤਾਂ ਨਹੀਂ ਲਾਏ, ਪਰ ਫਿਰ ਵੀ ਇਮਰਾਨ ਖਾਨ ਦੇ ਵੀ ਲਾਏ ਨੇ, ਉਸ 'ਤੇ ਵੀ ਕਾਂਗਰਸ ਪਾਰਟੀ ਨੂੰ ਇਤਰਾਜ਼ ਹੈ। ਬਹੁਤ ਸਾਰੇ ਹੋਰ ਲੀਡਰਾਂ ਤੋਂ ਵੀ ਪੁੱਛਿਆ ਗਿਆ, ਉਹਨਾਂ ਨੇ ਟਾਲਾ ਵੱਟ ਲਿਆ, ਕੋਈ ਢੁਕਵਾਂ ਜਵਾਬ ਨਹੀਂ ਦਿੱਤਾ। ਇਸ ਕਰਕੇ ਉਹਨਾਂ ਲੀਡਰਾਂ ਦੇ ਬਿਆਨ ਅਸੀਂ ਤੁਹਾਨੂੰ ਸੁਣਾਏ ਆ ਜਿਨ੍ਹਾਂ ਨੇ ਕੋਈ ਨਾ ਕੋਈ ਗੱਲ ਇਸ ਬਾਰੇ ਜ਼ਰੂਰ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਇਸ ਦੀ ਸਫਾਈ, ਇਸ ਦੀ ਐਕਸਪਲੇਨੇਸ਼ਨ ਖੁਦ ਨਵਜੋਤ ਸਿੰਘ ਸਿੱਧੂ ਨੂੰ ਦੇਣੀ ਚਾਹੀਦੀ ਹੈ। ਮੇਰੇ ਕੋਲ ਉਸਨੇ ਇਜਾਜ਼ਤ ਮੰਗੀ ਸੀ, ਮੈਂ ਉਹ ਚਿੱਠੀ ਦਿੱਲੀ ਦੀ ਸੈਂਟਰ ਸਰਕਾਰ ਨੂੰ ਭੇਜ ਦਿੱਤੀ ਹੈ, ਹੁਣ ਉਹ ਦੇਖਣ ਅਤੇ ਨਵਜੋਤ ਸਿੰਘ ਸਿੱਧੂ ਦੇਖੇ ਕਿ ਇਹਨਾਂ ਨੇ ਕੀ ਕਰਨਾ ਹੈ, ਜਾਣਾ ਹੈ ਪਾਕਿਸਤਾਨ, ਜਾਣ ਦੇਣਾ ਨਹੀਂ ਜਾਣ ਦੇਣਾ, ਇਹ ਸਾਰਾ ਹੁਣ ਜਾਂ ਤਾਂ ਨਵਜੋਤ ਸਿੰਘ ਸਿੱਧੂ ਜਾਣਦਾ ਹੈ ਜਾਂ ਫਿਰ ਕੇਂਦਰ ਸਰਕਾਰ ਜਾਣਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਸਭ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਪੋਸਟਰਾਂ ਨੇ ਪੰਜਾਬ ਦੀ ਸਿਆਸਤ ਨੂੰ ਜ਼ਰੂਰ ਭਖਾ ਦਿੱਤਾ ਹੈ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਜੋ ਕ੍ਰੈਡਿਟ ਵਾਰ ਚੱਲ ਰਹੀ ਹੈ, ਸਿਰਾ ਲੈਣ ਦੀ ਲੜਾਈ ਚੱਲ ਰਹੀ ਹੈ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦਾ ਪੱਲੜਾ ਬਹੁਤ ਜ਼ਿਆਦਾ ਭਾਰੀ ਪੈਂਦਾ ਦਿਖਾਈ ਦਿੰਦਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਵੀ ਇੱਕ ਤਰ੍ਹਾਂ ਆਪਣੇ ਆਪ ਹੀ ਕੈਂਪੇਨ ਚੱਲੀ ਹੋਈ ਹੈ। ਨਵਜੋਤ ਸਿੰਘ ਸਿੱਧੂ ਤਾਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ, ਨਾ ਉਹਨਾਂ ਨੇ ਕੋਈ ਟਵੀਟ ਕੀਤਾ, ਬਹੁਤ ਮਹੀਨੇ ਹੋ ਗਏ ਨੇ, ਨਾ ਹੀ ਫੇਸਬੁੱਕ ਤੇ ਕੋਈ ਉਹਨਾਂ ਨੇ ਪੋਸਟ ਪਾਈ ਹੈ। ਆਪਣੀਆਂ ਚਿੱਠੀਆਂ ਵੀ ਜੋ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲਿਖੀਆਂ ਨੇ, ਉਹ ਕੋਈ ਵੀ ਚਿੱਠੀ
भी उन्होंने अपने सोशल मीडिया अकाउंट से नहीं पाई है, पर फिर भी लोगों वालों सोशल मीडिया से एक कंपेन एक प्रचार मुहिम चलाई जा रही है कि नवजोत सिंह सिद्धू और इमरान खान के करके करतारपुर साहब का लांघा खुलन जा रहा है। पर इतने एक सवाल हम अभी थोड़े तो पंजाब टीवी दर्शकों तो पंजाब के लोगों से पूछ लेना चाहते हैं कि पाकिस्तान के प्रधानमंत्री इमरान खान के पोस्टर जो नवजोत सिंह सिद्धू की फोटो के लगे ने वह नवजोत सिंह सिद्धू तो या फिर उन्होंने समर्थकों तो गलती हो गई है कि या फिर उन्होंने भावनावान सन उन्होंने जाहिर कर दतिया ने असली हीरो इन्हों दो दस दिता है। इस बारे थोड़ी जो भी राय है इस खबर से कमेंट करके अपनी राय जरूर दौ। जेकर तुम इस तरह पंजाब की हर खबर में निरपक्षता देखते रहना चाहते हो तो यूट्यूब तो पंजाब टीवी के चैनल में सबसक्राइब जरूर कर लो, बैल वाला बटन जरूर दबा लेना। मैं जज सिंह चाहल अगली बार फिर हाजिर होवांगा। तुम देखते रहो द पंजाब टीवी, हर खबर का सच।